ਲੇਕਿਨ ਅੱਜ ਲੋਕਾਂ ਅੱਜ ਕਮੇਟੀ ਦਾ ਫੈਸਲਾ ਹੋਇਆ ਸਾਰੇ ਹਮ ਖਿਆਲ ਲੋਕਾਂ ਨੂੰ ਇਕੱਠੇ ਕਰਾਂਗੇ ਧਾਰਮਿਕ ਸਾਰੀਆਂ ਨੌਜਵਾਨ ਜਥੇਬੰਦੀਆਂ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਅਸੀਂ ਪੂਰਾ ਆਰੰਭ ਆ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਗੱਲ ਹੋਈ ਹੈ ਦਿਲਜੀਤ ਉਹ ਕਹਿੰਦੇ ਕਿ ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਕਿਉਂ ਨਹੀਂ ਗੱਲ ਕੀਤੀ ਜਦੋਂ ਬੇਅਦਬੀ ਹੋਈ ਸੁਣਿਆ ਨੀ ਮੇਰੇ ਸਾਡਾ ਵੀ ਅਸੀਂ ਪਾਰਟੀ ਕਹਿੰਦੇ ਸਾਡੀ ਕਿਸੇ ਨੇ ਸੁਣੀ ਨੀ ਅਸੀਂ ਕਹਿੰਦੇ ਰਹੇ ਸਾਰਾ ਕੁਛ ਮੈਂ ਅਸੀਂ ਫੈਸਲਾ ਕਮੇਟੀ ਬਣ ਕੇ ਕਰੂਗੀ ਮੈਂ ਕੋਈ ਇਕੱਲਾ ਫੈਸਲਾ ਕਰਨ ਵਾਲਾ ਨਹੀਂ ਹਾਂ ਤੁਸੀਂ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਫਿਊਚਰ ਭੇਜੋ ਕਿਉਂਕਿ ਅੱਜ ਬਾਦਲ ਵਾਲਾ ਕੰਮ ਬਾਦਲ ਟੁੱਟ ਜੂਗਾ ਅਤੇ ਸ਼੍ਰੋਮਣੀ ਅਕਾਲੀ ਦਲ ਰਹਿ ਜੂਗਾ ਜਿਹਦੇ 'ਚ ਸਾਰੇ ਉਹ ਲੋਕ ਆਉਣਗੇ ਜਿਹੜੇ ਡੈਮੋਕ੍ਰੈਟਿਕ ਤਰੀਕੇ ਨਾਲ ਤੁਹਾਡੇ ਬੇਟੇ ਪਰਮਿੰਦਰ ਢੀਂਡਸਾ ਜਿਹੜੇ ਨੇ ਉਹ ਵੀ ਕਿਹਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜਲਦੀ ਇਹ ਤਾਂ ਉਹਨਾਂ ਨੂੰ ਪੁੱਛਿਓ ਟਕਸਾਲੀ ਦਾ ਪਾਰਟ ਅਸੀਂ ਨਹੀਂ ਅਸੀਂ ਇਕੱਠੀ ਕਮੇਟੀ ਬਣਾਵਾਂਗੇ ਫਿਰ ਅਸੀਂ ਇਕੱਠੇ ਹੋ ਕੇ ਕੀ ਪਾਰਟੀ ਨਵੀਂ ਬਣਾਉਣੀ ਹੈ ਕੀ ਕਰਨੀ ਹੈ ਸਾਰੀਆਂ ਇਕੱਠੀਆਂ ਹੋ ਕੇ ਕਰਾਂਗੇ ਉਹਦੀ ਪਾਰਟੀ ਸਾਰੀ ਆਈ ਸੀਗੀ ਬੰਦੇ ਬਹੁਤ ਆਏ ਸੀ ਪਰ ਉਹ ਆਪ ਨਹੀਂ ਆ ਸਕੇ ਪਰ ਉਹ ਸਾਨੂੰ ਸਹਿਮਤੀ ਦੇ ਚੁੱਕੇ ਨੇ ਹੋਰ ਕਿਹੜੇ ਲੋਕ ਤੁਹਾਡੇ ਨਾਲ ਪੰਜਾਬ 'ਚ ਬਈ ਅੱਜ ਨਹੀਂ ਕਹਿ ਸਕਦਾ ਮੈਂ ਕਮੇਟੀ ਕਰੂੰਗਾ ਪਰ ਕਮੇਟੀ ਕਰੂਗੀ ਫੈਸਲਾ ਮੈਂ ਥੋੜ੍ਹਾ ਕਰਨਾ ਯਾਰ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਦੇ ਵਿੱਚ ਅਕਾਲੀ ਵੀ ਕਾਂਗਰਸ ਚਲੇ ਗਏ ਬਹੁਤ ਹੋਰਾਂ ਪਾਰਟੀਆਂ 'ਚ ਵੀ ਚਲੇ ਗਏ ਸਾਰਿਆਂ ਨੂੰ ਬੇਨਤੀ ਕਰਾਂਗੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਿਆ ਉਹਨਾਂ ਨੂੰ ਕੋਈ ਸ਼ੁਭਕਾਮਨਾਵਾਂ ਦਿਓਗੇ ਕਿ ਉਹ ਵਧੀਆ ਮਤ ਬਖਸ਼ੇ ਪਰਮਾਤਮਾ ਉਹਨਾਂ ਨੂੰ